ਵਾਹਿਗੁਰੂ ਦਾ ਖਾਲਸਾ, ਵਾਹਿਗੁਰੂ ਜੀ ਦੀ ਫਤਿਹ। ਸਾਡੇ ਸਕੈਟਰੀ ਅਤੇ ਕਿਸਾਨ ਸੰਘਰਸ਼ ਵੀਰ ਬਹਾਦਰਾਂ ਨੂੰ, ਪੰਡਾਲ ਵਿੱਚ ਬੈਠੀ ਮਹਿਲਾ ਮਾਤਾ ਭੈਣਾਂ ਨੂੰ ਅਤੇ ਕਿਸਾਨ ਪੰਜਾਬ ਦੇ ਵਿਰੁੱਧ ਨੌਜਵਾਨਾਂ ਨੂੰ ਸਾਡੀ ਸਲਾਮ। ਇੱਕ ਨਾਰਾ ਬੋਲਾਂਗਾ, ਕਿਸਾਨ ਏਕਤਾ ਜ਼ਿੰਦਾਬਾਦ। ਆਪਕੀ ਆਵਾਜ਼ ਮੋਦੀ ਦੇ ਕੰਨਾਂ ਵਿੱਚ ਪੈਣੀ ਚਾਹੁੰਦੀ ਹੈ। ਉਹ ਜਿਹਦਾ ਜਾਜ ਵੀ ਉਥਲ ਪੁਥਲ ਹੋ ਜਾਊ, ਐਸੀ ਲਹਿਰ ਉੱਥੇ ਜਾਊ। ਕਿਸਾਨ ਏਕਤਾ ਜ਼ਿੰਦਾਬਾਦ। ਦੋਨੋਂ ਹੱਥ ਕੇ ਕਿਸਾਨ ਏਕਤਾ ਜ਼ਿੰਦਾਬਾਦ। ਪੰਜਾਬ ਹਰਿਆਣਾ ਭਾਈਚਾਰਾ ਜ਼ਿੰਦਾਬਾਦ। ਪੰਜਾਬ ਹਰਿਆਣਾ ਭਾਈਚਾਰਾ ਜ਼ਿੰਦਾਬਾਦ। ਵੱਡਾ ਹੁਆ ਤੋ ਕਿਆ ਹੁਆ, ਜੈਸੇ ਪੇੜ ਖਜੂਰ, ਪੰਛੀ ਨੂੰ ਛਾਇਆ ਨਹੀਂ, ਫਲ ਲਗੇ ਅਤਿ ਦੂਰ। ਆ ਦੋਆ ਨਰਿੰਦਰ ਮੋਦੀ ਤੇ ਕੀਤਾ ਮੈਨੂੰ। ਇਹ ਖਜੂਰ ਦਾ ਪੇੜ ਹੁੰਦਾ ਹੈ, ਉਸਕੇ ਫਲ ਬਹੁਤ ਉੱਚੇ ਲੱਗਦਾ ਹੈ, ਨਾ ਤੋ ਪੰਛੀ ਨੂੰ ਛਾਇਆ ਮਿਲਦੀ ਹੈ ਔਰ ਨਾ ਕਿਸੇ ਕੋ ਫਲ ਮਿਲ ਸਕਦਾ ਹੈ। ਤੋ ਇੱਕ ਦੋਆ ਔਰ ਹੈ, ਦਯਾ ਧਰਮ ਤਾਂ ਮੂਲ ਹੈ, ਪਾਪ ਮੌਲ ਅਭਿਮਾਨ, ਤੁਲਸੀ ਦਯਾ ਨਾ ਛਾਰੀਏ, ਜਬ ਤੱਕ ਘਟ ਮੇ ਪ੍ਰਾਣ। ਇਹ ਮੋਦੀ ਨੂੰ ਕਹਿੰਦਾ ਹੂੰ, ਇਹਨੇ ਕਿਸਾਨਾਂ ਨੂੰ ਦੇਖ, ਇਹ 3 ਮਹੀਨੇ ਦੇ ਉੱਪਰ 3.5 ਕਿੱਲੇ ਹੋ ਗਿਆ ਹਾਂ, 300 ਦੇ ਜ਼ਿਆਦਾ ਕਿਸਾਨਾਂ ਨੂੰ ਸਾਥ ਦਿੱਤੀ ਹੈ। ਔਰ ਜਿਹੜਾ ਮੋਦੀ ਉਹ ਗੁਲਾਮ ਨਬੀ ਆਜ਼ਾਦ ਦੀ ਮੈਂਬਰ ਰਾਜ ਸਭਾ ਦੀ ਵਿਦਾਈ ਵਿੱਚ ਅੰਸੂ ਬੰਦਾ ਸੀ, ਔਰ ਸਾਡੇ ਕਿਸਾਨਾਂ ਨੂੰ ਸ਼ਹਾਦਤ ਤੇ ਉਹਦੇ ਮੌਤਾਂ ਪੇ ਇੱਕ ਵੀ ਅੰਸੂ ਨਹੀਂ ਬਹਿੰਦਾ ਹੈ, ਨਹੀਂ ਬਹਿੰਦਾ ਹੈ ਨਾ। ਉਹ ਬਹੁਤ ਨਿਰਦਈ ਹੈ ਨਾ, ਉਹ ਕਸਾਈ ਦਿਲ ਹੈ, ਜਚਗੀ। ਤੋ ਇੱਕ ਮੁਹਾਵਰਾ ਹੁੰਦਾ ਹੈ, ਗੁਦੜੀ ਦਾ ਲਾਲ, ਗੁਦੜੀ ਦਾ ਲਾਲ ਹੁੰਦਾ ਹੈ ਵੀ ਛੁਪਾ ਹੋਆ ਰੁਸਤਮ, ਛੁਪਾ ਹੋਆ ਗੁਣਵਾਨ, ਕੋਈ ਸ੍ਰੇਸ਼ਟ ਵਿਅਕਤੀ। ਇੱਕ ਮੁਹਾਰਾ ਮੋਦੀ ਨੂੰ ਨਯਾ ਸੁਣਾਉਂਦਾ ਹੂੰ ਮੈਂ, ਆ ਪਗੜੀ ਦੇ ਲਾਲ ਹੈ, ਆ ਪਗੜੀ ਦੇ ਲਾਲ ਹੈ, ਪਗੜੀ ਦੀ ਲਾਜ ਰੱਖਣਾ ਜਾਣਦੇ ਹੈ, ਇਹ ਹਰਿਆਣਾ ਤੇ ਪੰਜਾਬ ਦੇ ਕਿਸਾਨ ਹੈ, ਪਗੜੀ ਇਹਨਾਂ ਦੀ ਸ਼ਾਨ ਹੈ, ਇਹ ਪਗੜੀ ਦੀ ਲਾਜ ਰੱਖੂਗੇ, ਪਗੜੀ ਦੀ ਲਾਜ ਰੱਖਣਾ ਜਾਣਦੇ ਹੈ, ਪਗੜੀ ਦੀ ਲਾਜ ਰੱਖੋਗੇ ਨਾ 100%। ਧਿਆਨ ਨਾਲ ਸੁਣੋ, ਉਹ ਮੋਦੀ ਇਹ RSS ਦੇ ਬੰਦੇ ਹੈ, ਉਹ ਕੱਛਾਧਾਰੀ ਹੈ, ਤੋ ਸਾਨੂੰ ਵੀ ਲੰਗਰ ਲਗੋਟ ਪੀੜ ਲੈਣੀ ਹੈ, ਲੰਗਰ ਲਗੋਟ ਪੀੜ ਲੈਣੀ ਹੈ ਨਾ। ਇਹ ਕਿਸਾਨ ਹੈ, ਇਹ ਧੋਤੀ ਦੀ ਲੰਗਰ ਲਗੋਟ ਬਣਾ ਲੈਣਗੇ, ਕਈ ਛਿਲਵਾਣੇ ਦੀ ਲੋੜ ਵੀ ਨਹੀਂ ਹੈ। ਉਹ ਮੋਦੀ ਦੀ ਤਾੜੀ ਨੂੰ ਨਿਸ਼ਚੇ ਰੱਖ ਕੇ ਛੱਡਾਂਗੇ ਨਹੀਂ, 100% ਨਹੀਂ ਛੱਡਾਂਗੇ। ਆਪਕਾ ਇਸ ਬਾਤ ਕੇ ਲਈ ਮੈਂ ਬਹੁਤ ਧੰਨਵਾਦ ਦਿੰਦਾ ਹੂੰ। ਤੋ ਇਹ ਭਾਰਤ ਦੇ ਕਿਸਾਨ ਹੈ, ਇਹ ਕਿਸਾਨ ਦੀ ਸ਼ਾਨ ਹੈ, ਇਹਨਾਂ ਨੂੰ ਸ਼ਾਨ ਨੂੰ ਕੋਈ ਵੀ ਅੱਖ ਦਿਖਾਏਗਾ, ਇਹ ਉਹਨੀ ਅੱਖ ਨਿਕਾਲ ਲੈਣਗੇ, ਛੱਡੇਗੇ ਨਹੀਂ, ਅੱਖਾਂ ਨਿਕਾਲ ਲੈਣਗੇ। ਜਿਹੜਾ ਸੱਤਾਧਾਰੀ ਸਾਨੂੰ ਬੁਰੀ ਨਜ਼ਰ ਦੇ ਦੇਖੇਗਾ, ਉਸਕੀ ਵੀ ਹਮ ਨਜ਼ਰ ਨੂੰ ਨਿਕਾਲ ਲੈਣਗੇ। ਜਿਹੜਾ ਆਦਮੀ ਸਾਨੂੰ ਕੜਵਾ ਬੋਲੇਗਾ, ਉਸਕੀ ਜਿਵ ਨੂੰ ਬੜ ਜਾਂਗੇ, ਉਸਕੋ ਆਪਣੀ ਜਵਾਨ ਵਾਪਿਸ ਲੈਣੀ ਪਊਗੀ, ਜ਼ਰੂਰ ਲੈਣੀ ਪਊਗੀ, ਇਸਮੇ ਕੋਈ ਸੰਦੇਹ ਨਹੀਂ ਹੈ। ਆ ਦਿੱਲੀ ਦੀ ਧਰਤੀ ਹੈ।